ਉਹਨਾਂ ਨੇ ਬੋਰਡ ਤੇ ਲਿਖਤੀ ਐਲ, ਕਹਿੰਦੇ ਆਹ ਕੀ ਹੈ, ਸਾਰੇ ਬਜ਼ੁਰਗਾਂ ਦੇ ਲਾਭੇ ਦੀ ਬੇਬੇ। ਉਹਨਾਂ ਨੇ ਲਿਖਤੀ ਜੇ, ਕਹਿੰਦੇ ਆਹ ਕੀ ਹੈ, ਕਹਿੰਦੇ ਜੱਗੀ ਦੀ ਬੇਬੇ। ਉਹਨਾਂ ਨੇ ਲਿਖਤੀ ਟੀ, ਕਹਿੰਦੇ ਤੋਤੇ ਦੀ ਬੇਬੇ। ਉਹ ਡੀ ਓ ਸਾਹਿਬ ਨੇ ਪਾਤਾ ਡਬਲ ਯੂ, ਉਹਨੂੰ ਪਤਾ ਨਹੀਂ ਸੀ ਵੀ ਐਮ ਤੱਕ ਸਿੱਖੇ ਨੇ ਮਹਿੰਦਰ ਦੀ ਬੇਬੇ। ਬਜ਼ੁਰਗ ਕਰਕੇ ਚੁੱਪ ਹੋ, ਕਹਿੰਦਾ ਜੀ ਬੋਲੋ ਹੁਣ। ਇੱਕ ਬਜ਼ੁਰਗ ਕਹਿੰਦਾ ਜੀ ਹੈ ਤਾਂ ਮਹਿੰਦਰ ਦੀ ਮਾਂ, ਗੱਲ ਕਰ ਤੁਸੀਂ ਪੁੱਠੀ ਕਿਉਂ ਕਰਤੀ। ਛੋਟਾ ਜਿਹਾ ਬੱਚਾ ਮਾਰ ਗਿਆ ਛੁੱਟੀ, ਤੇ ਚੌਥੀ ਵਾਲਾ ਬੱਚਾ ਸੀ ਛੁੱਟੀ ਮਾਰ ਗਿਆ, ਤੇ ਉਹਦਾ ਦਾਦਾ ਕਹਿੰਦਾ ਓਏ ਤੂੰ ਪਿਆ ਪਿਆ ਬੋਰ ਹੋ ਜਾਏਗਾ, ਆਜਾ ਮੈਂ ਤੈਨੂੰ ਗੇੜਾ ਫੇੜਾ ਦਵਾ ਕੇ ਲਿਆਵਾਂ। ਤੇ ਉਹ ਪਿੰਡ ਜਦੋਂ ਗੇੜਾ ਫੇੜਾ ਦਵਾਉਣ ਗਏ ਤੇ ਗਾਹਾਂ ਹਰਜੀਤ ਮੈਡਮ ਮਰ ਗਈ, ਕੋਈ ਮੈਡਮ ਉਹਨਾਂ ਦੀ ਮੂਹਰੋਂ ਆਈ ਜਾਵੇ। ਤੇ ਉਹ ਕਹਿੰਦਾ ਓਏ, ਦਾਦਾ ਕਹਿੰਦਾ ਆਪਦੇ ਪੋਤੇ ਨੂੰ, ਕਹਿੰਦਾ ਉਹ ਲੁੱਕ ਜਾ, ਤੇਰੀ ਮੈਡਮ ਆਈ ਜਾਂਦੀ ਹੈ, ਕੱਲ ਨੂੰ ਤੈਨੂੰ ਐਂ ਪੁੱਛੂਗੀ ਵੀ ਇਹ ਕਿਹੜਾ ਬਿਮਾਰ ਸੀ, ਇਹ ਆਪਦੇ ਦਾਦੇ ਨਾਲ ਇੱਥੇ ਗੇੜੇ ਦਿੰਦਾ ਫਿਰਦਾ ਸੀ। ਤੇ ਚੌਥੀ ਵਾਲਾ ਬੱਚਾ ਕਹਿੰਦਾ ਦਾਦਾ ਮੈਨੂੰ ਲੁਕਣ ਦੀ ਲੋੜ ਨਹੀਂ, ਹੁਣ ਤਾਂ ਤੈਨੂੰ ਲੁਕਣਾ ਪਊਗਾ। ਕਹਿੰਦਾ ਕਿਉਂ, ਕਹਿੰਦਾ ਜਦੋਂ ਮੈਨੂੰ ਕੱਲ ਨੂੰ ਪੁੱਛਣਗੇ ਵੀ ਤੂੰ ਆਇਆ ਕਿਉਂ ਨਹੀਂ, ਮੈਂ ਆਖੂ ਜੀ ਮੇਰੇ ਦਾਦੇ ਦਾ ਭੋਗ ਸੀ। ਕਹਿੰਦਾ ਅਕਲੀਆ ਫੈਮਿਲੀ ਬਲੌਗਸ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਅਤੇ ਚੱਲ ਰਹੀ ਹੈ ਸਾਡੀ ਪੋਡਕਾਸਟ ਸੀਰੀ। ਅੱਜ ਦੇ ਸਾਡੇ ਸਟੂਡੀਓ ਦੇ ਵਿੱਚ ਖਾਸ ਮਹਿਮਾਨ ਇੱਕ ਅਜਿਹਾ ਕਵੀ ਸ਼੍ਰੀ ਜੱਥਾ ਹੈ ਜਿਹੜਾ ਗਾਉਂਦਾ ਤਾਂ ਬਹੁਤ ਸੋਹਣਾ ਹੈ, ਉਹਦੇ ਨਾਲ ਨਾਲ ਹਸਾਉਂਦਾ ਵੀ ਬਹੁਤ ਹੈ। ਤਾਂ ਸਵਾਗਤ ਕਰਦੇ ਹਾਂ ਅੱਜ ਦੇ ਖਾਸ ਮਹਿਮਾਨ। ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਇਸੇ ਕਰਕੇ ਚੈਨਲ ਦੇ ਜ਼ਰੀਏ ਅਸੀਂ ਇਹੋ ਜਿਹੇ ਖਾਸ ਮਹਿਮਾਨ ਹੈ ਜਿਹੜੇ ਉਹਨਾਂ ਦੀ ਮੁਲਾਕਾਤ ਕਰਾਉਂਦੇ ਰਹਿੰਦੇ। ਇੱਕ ਪਿੰਡ 'ਚ ਅਸੀਂ ਗਾਉਣ ਵਾਸਤੇ ਗਏ, ਉੱਥੇ ਸਾਨੂੰ ਮੁੰਡਾ ਮਿਲਿਆ। ਕਹਿੰਦਾ ਜੀ ਮੈਂ ਪਹਿਲਾਂ ਤਾਂ ਗਾਣੇ ਲਿਖਦਾ ਹੁੰਦਾ ਸੀ, ਤੇ ਮੁੜ ਕੇ ਮੈਂ ਤੁਹਾਡੀ ਕਵਿਸ਼ਰੀ ਤੋਂ ਪ੍ਰਭਾਵਿਤ ਹੋ ਕੇ ਕਵਿਸ਼ਰੀਆਂ ਲਿਖਣੀਆਂ ਸ਼ੁਰੂ ਕਰਤੀਆਂ। ਅਸੀਂ ਆਖਿਆ ਕੋਈ ਇੱਕ ਅੱਧੀ ਲਿਖੀ ਹੈ? ਕਹਿੰਦਾ ਇੱਕ ਲਿਖੀ ਹੈ ਜੀ। ਅਸੀਂ ਆਖਿਆ ਸੁਣਾ। ਕਹਿੰਦਾ ਬੋਤੀ ਉੱਤੇ ਚੜ ਗਏ ਨੇ ਚਾਰ ਸਿੰਘ ਜੀ, ਭਾਰ ਹੋ ਗਿਆ ਜਾਦੇ ਬੋਤੀ ਪਈ ਰਿੰਗ ਜੀ। ਇਹ ਮੇਰੇ ਨਾਲ ਦੇ ਆਦੇ ਕਾਕਾ ਵਜਨ ਵਾਲੀ ਗੱਲ ਕਰ, ਵਜਨ ਵਾਲੀ। ਆਹਦਾ ਜੇ ਵਜਨ ਸੀ ਤਾਂ ਹੀ ਤਾਂ ਰਿੰਗੀ। ਕਹਿਣ ਤੋਂ ਭਾਵ ਗੱਲ ਇਹ ਹੈ ਕਿ ਇਹ ਬਰੀਕੀ ਭਾਲਦੀ ਹੈ, ਕਵਿਸ਼ਰੀ ਬੜੀ ਸੂਖਮ ਕਲਾ ਹੈ। ਹਾਂ, ਇੱਕ ਫਕੀਰ ਚੰਦ ਫੱਕਰ ਜੀ ਸਾਡੇ ਸ਼ਾਇਰ ਹੋਏ ਨੇ, ਹੁਣ ਤਾਂ ਉਹ ਦੁਨੀਆਂ ਤੋਂ ਤੁਰ ਗਏ। ਤੇ ਜਦੋਂ ਭਗਵੰਤ ਮਾਨ ਜੀ ਕਮੇਡੀ ਕਰਦੇ ਹੁੰਦੇ ਉਦੋਂ ਇਹਨਾਂ ਦੀਆਂ ਕਈ ਕਵਿਸ਼ਰੀਆਂ ਇਹਨਾਂ ਨੇ ਗਾਈਆਂ ਸੀ। ਤੇ ਉਹਨਾਂ ਨੇ ਇੱਕ ਕਵਿਸ਼ਰੀ ਲਿਖੀ ਹੈ, ਜ਼ਿਆਦੇ ਵੀ ਜੋ ਮੋਠ ਮੱਕੀਆਂ ਘੱਟ ਲਾਉਣੀ ਹੈ ਪੰਜਾਬੀ ਜੱਟੋ ਜੀਰੀ। ਹਾਂ, ਜਦੋਂ ਧੂੰਆਂ ਵਾਲਾ ਹੋ ਜਾਂਦਾ ਜਾਂ ਪਾਣੀ ਦੀ ਬਾਹਲੀ ਖਪਤ ਹੁੰਦੀ ਹੈ, ਉਸ ਗੱਲ ਨੂੰ ਮੁੱਖ ਰੱਖ ਕੇ ਲਿਖੀ ਸੀ। ਉਹਦੇ 'ਚ ਇੱਕ ਪਹਿਰਾ ਆਉਂਦਾ ਕਿ ਕਦ ਮਧਰੇ ਵਜਨ ਹੋ ਗਏ ਹੌਲੇ, 25 ਸਾਲਿਆਂ ਦੇ ਆਉਣ ਲੱਗ ਗਏ ਧੌਲੇ, ਹਟੇ ਫੱਕਰਾ ਫਰਕਣੋ ਡੌਲੇ, ਕਿਵੇਂ ਉੱਗੂ ਸਾਡੀ ਪੁਸ਼ਪ ਪਨੀਰੀ, ਜ਼ਿਆਦੇ ਵੀ ਜੋ ਮੋਠ ਮੱਕੀਆਂ ਘੱਟ ਲਾਉਣੀ ਹੈ ਪੰਜਾਬੀ ਜੱਟੋ ਜੀਰੀ। ਹੁਣ ਤੁਸੀਂ ਇਹ ਦੇਖੋ, ਹੌਲੇ ਧੌਲੇ ਅਤੇ ਡੌਲੇ ਤਿੰਨੇ ਲੱਲਿਆਂ ਦੇ ਪੈਰ 'ਚ ਬਿੰਦੀ ਆ ਰਹੀ ਹੈ, ਤਾਂ ਕਵਿਸ਼ਰੀ ਇਹ ਚੀਜ਼ ਸਵੀਕਾਰ ਕਰਦੀ ਹੈ ਕਿ ਜੇ ਇੱਕ ਲੱਲੇ ਦੇ ਪੈਰ 'ਚ ਬਿੰਦੀ ਆ ਗਈ ਤਾਂ ਅਗਲਾ ਤੁਕਾਂਤ ਵੀ ਲੱਲੇ ਪੈਰ ਬਿੰਦੀ ਵਾਲਾ ਮਿਲੂਗਾ। ਐਂ ਨਹੀਂ ਹੈਗਾ ਵੀ ਤੁਸੀਂ ਰਾਰੇ ਨਾਲ ਮਿਲਾ ਦਿਓਗੇ ਜਾਂ ਬਿਨਾਂ ਬਿੰਦੀ ਵਾਲੇ ਲੱਲੇ ਨਾਲ ਮਿਲਾ ਦਿਓਗੇ, ਕਿਉਂਕਿ ਸਿਆਣੇ ਲੋਕਾਂ ਨੇ ਸੁਣਨੀ ਹੁੰਦੀ ਹੈ। ਅਤੇ ਬਾਕੀ ਜਿਹੜੀ ਤੁਹਾਡੀ ਆਹ ਗੱਲ ਆਈ ਹੈ ਵੀ ਇਹਨੂੰ ਯੂਥ ਕਿੰਨਾ ਕੁ ਪਸੰਦ ਕਰਦਾ, ਜਿੰਨੇ ਸਾਨੂੰ ਵਿਊ ਮਿਲਦੇ ਨੇ ਹੁਣ ਲੱਖਾਂ ਦੇ ਹਿਸਾਬ ਨਾਲ, ਇਹ ਯੂਥ ਵੱਲੋਂ ਹੀ ਮਿਲਦੇ ਨੇ। ਜਿਹੜੇ ਮੋਬਾਈਲ ਦੇਖਦੇ ਨੇ ਉਹਨੂੰ ਬਜ਼ੁਰਗ ਤਾਂ ਉਹਨਾਂ ਨਹੀਂ ਦੇਖਦੇ ਹਨ। ਅਤੇ ਇਹ ਹੈ ਗੱਲ, ਰਹੂਗਾ ਸੰਗੀਤ ਰਾਗੀ ਢਾਡੀ ਜਿਉਂਦੇ ਰਹਿਣਗੇ, ਲੋਕ ਗੀਤਾਂ ਨਾਲ ਦਾਦਾ ਦਾਦੀ ਜਿਉਂਦੇ ਰਹਿਣਗੇ, ਡੋਲਦੇ ਜਵਾਨਾਂ ਸਾਡੀਆਂ ਤੇ ਮਿਸ਼ਰੀ, ਦਿਲ ਖੁਸ਼ ਹੋ ਜੇ ਕਰਕੇ ਕਵਿਸ਼ਰੀ, ਸਾਡਾ ਬੋਲ ਬੋਲਿਆ ਨਾ ਕਿਸੇ ਨੂੰ ਰੜ ਕੇ, ਗਾਉਂਦੇ ਰਹੀਏ ਤੁਹਾਡੇ ਚਰਨਾਂ 'ਚ ਖੜ ਕੇ, ਬੋਲਣ ਤੋਂ ਪਹਿਲਾਂ ਗੱਲ ਰਹੇ ਤੋਲੀ ਦੀ, ਤੇ ਸੇਵਾ ਰਹੀਏ ਕਰਦੇ ਪੰਜਾਬੀ ਬੋਲੀ ਦੀ, ਸੇਵਾ ਰਹੀਏ ਕਰਦੇ ਪੰਜਾਬੀ ਬੋਲੀ ਦੀ। ਤੁਸੀਂ ਪ੍ਰੋਗਰਾਮ ਕਰਦੇ ਹੋ, ਵੱਖ ਵੱਖ ਪਿੰਡਾਂ 'ਚ ਜਾਂਦੇ ਹੋ, ਸ਼ਹਿਰ ਜਾਂਦੇ ਹੋ,
ਇਹ ਤਾਂ ਹੈ ਨਹੀਂ ਵੀ ਤੁਹਾਡੇ ਨਾਲ ਕੋਈ ਘਟਨਾਵਾਂ ਨਹੀਂ ਵਾਪਰਦੀ ਹੋਊਗੀ, ਹੈ ਨਾ, ਕੋਈ ਨਾ ਕੋਈ ਹਾਸਰਸ ਵਾਲੀ ਗੱਲ ਜ਼ਰੂਰ ਵਾਪਰਦੀ ਹੋਣੀ ਆ, ਅਤੇ ਸਾਡੇ ਸਰੋਤਿਆਂ ਨਾਲ ਜ਼ਰੂਰ ਸਾਂਝੀ ਕਰੋ। ਹਾਂਜੀ ਹਾਂ, ਹਾਸਰਸ ਵਾਲੀ ਗੱਲ ਇਹ ਹੈ ਵੀ ਜਿਵੇਂ ਅਸੀਂ ਪੜ੍ਹਾਉਂਦੇ ਹਾਂ, ਤੇ ਮੈਂ ਆਪਦੇ ਸਕੂਲ 'ਚ ਬੱਚਿਆਂ ਨੂੰ ਪੁੱਛਿਆ, ਮੈਂ ਕਿਹਾ ਵੀ ਬੱਚਿਓ ਉਹ ਜਾਨਵਰ ਦੱਸੋ ਜਿਹੜੇ ਦੇ ਮੂੰਹ 'ਚ ਦੰਦ ਨਹੀਂ। ਛੋਟੇ 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 ਬੱਚਿਆਂ 'ਚੋਂ ਇੱਕ ਬੱਚਾ ਉੱਠ ਕੇ ਆਦਾ, ਜੀ ਮੇਰੀ ਨਾਨੀ ਦੇ ਨਹੀਂ। ਮੈਂ ਕਿਹਾ ਨਹੀਂ, ਅਸੀਂ ਜਾਨਵਰਾਂ 'ਚੋਂ ਪੁੱਛਿਆ, ਅਤੇ ਚਲੋ ਜਾਂ ਅਸੀਂ ਆਮ ਹੀ ਬੱਚਿਆਂ ਨੂੰ ਇਹ ਪੁੱਛਣ ਲੱਗ ਜਾਂਦੇ, ਹਾਂ ਪੁੱਤ ਤੂੰ ਕੀ ਬਣੇਗਾ? ਮੈਂ ਮਾਸਟਰ ਲੱਗੂੰਗਾ ਜੀ। ਤੂੰ ਕੀ ਬਣੇਗਾ? ਮੈਂ ਫੌਜੀ ਲੱਗੂੰਗਾ ਜੀ। ਮੈਂ ਪੁਲਿਸ 'ਚ ਜਾਊਂਗਾ। ਕੁੜੀਆਂ ਕਹਿੰਦੀਆਂ ਮੈਂ ਡਾਕਟਰ ਨਹੀਂ ਲੱਗੂ। ਅਤੇ ਇੱਕ ਛੋਟੀ ਜਿਹੀ ਕੁੜੀ ਬੈਠੀ, ਉਹਨੂੰ ਮੈਂ ਕਿਹਾ ਪੁੱਤ ਤੂੰ ਨਹੀਂ ਬੋਲੀ, ਤੂੰ ਕੀ ਬਣੇਗੀ? ਕਹਿੰਦੀ ਮੈਂ ਤਾਂ ਜੀ ਵੱਡੀ ਹੋ ਕੇ ਸੱਸ ਬਣੂੰਗੀ। ਮੈਂ ਕਿਹਾ ਉਹਦੇ ਬਾਰੇ ਪੜ੍ਹਨ ਦੀ ਲੋੜ ਨਹੀਂ ਹੈ ਵਾਲੀ, ਉਹ ਤੂੰ ਉਵੇਂ ਬਣ ਜਾਏਗੀ। ਅਤੇ ਬਾਕੀ ਅੱਜ ਕੱਲ੍ਹ ਬੱਚੇ ਜ਼ਿਆਦਾ ਆਪਣੇ ਨਾਲੋਂ ਤੇਜ਼ ਹਨ, ਮੋਬਾਈਲਾਂ 'ਚ ਵੀ ਊਂ ਵੀ ਤੇਜ਼ ਹਨ। ਉਹ ਕਹਿੰਦੇ ਨਾ ਵੀ ਇੱਕ ਛੋਟਾ ਜਿਹਾ ਬੱਚਾ ਮਾਰ ਗਿਆ ਛੁੱਟੀ, ਅਤੇ ਚੌਥੀ ਵਾਲਾ ਬੱਚਾ ਸੀ ਛੁੱਟੀ ਮਾਰ ਗਿਆ, ਅਤੇ ਉਹਦਾ ਦਾਦਾ ਕਹਿੰਦਾ ਓਏ ਤੂੰ ਪਿਆ ਪਿਆ ਬੋਰ ਹੋ ਜਾਏਗਾ, ਜਾਂ ਮੈਂ ਤੈਨੂੰ ਗੇੜਾ ਫੇੜਾ ਦਵਾ ਕੇ ਲਿਆਵਾਂ। ਅਤੇ ਉਹ ਪਿੰਡ ਜਦੋਂ ਗੇੜਾ ਫੇੜਾ ਦਵਾਉਣ ਗਏ, ਅਤੇ ਗਾਹਾਂ ਹਰਜੀਤ ਮੈਡਮ ਮਰ ਗਈ, ਕੋਈ ਮੈਡਮ ਉਹਨਾਂ ਦੀ ਮੂਹਰੋਂ ਆਈ ਜਾਵੇ, ਅਤੇ ਉਹ ਕਹਿੰਦਾ ਓਏ, ਦਾਦਾ ਕਹਿੰਦਾ ਆਪਦੇ ਪੋਤੇ ਨੂੰ, ਕਹਿੰਦਾ ਉਹ ਲੁੱਕ ਜਾ, ਤੇਰੀ ਮੈਡਮ ਆਈ ਜਾਂਦੀ ਹੈ, ਕੱਲ੍ਹ ਨੂੰ ਤੈਨੂੰ ਐਂ ਪੁੱਛੂਗੀ ਵੀ ਇਹ ਕਿਹੜਾ ਬਿਮਾਰ ਸੀ, ਇਹ ਆਪਦੇ ਦਾਦੇ ਨਾਲ ਇੱਥੇ ਗੇੜੇ ਦਿੰਦਾ ਫਿਰਦਾ ਸੀ। ਅਤੇ ਚੌਥੀ ਵਾਲਾ ਬੱਚਾ ਕਹਿੰਦਾ ਦਾਦਾ ਮੈਨੂੰ ਲੁਕਣ ਦੀ ਲੋੜ ਨਹੀਂ, ਹੁਣ ਤਾਂ ਤੈਨੂੰ ਲੁਕਣਾ ਪਊਗਾ। ਕਹਿੰਦਾ ਕਿਉਂ? ਕਹਿੰਦਾ ਜਦੋਂ ਮੈਨੂੰ ਕੱਲ੍ਹ ਨੂੰ ਪੁੱਛਣਗੇ ਵੀ ਤੂੰ ਆਇਆ ਕਿਉਂ ਨਹੀਂ, ਮੈਂ ਆਖੂੰ ਜੀ ਮੇਰੇ ਦਾਦੇ ਦਾ ਭੋਗ ਸੀ ਪਹਿਲਾਂ। ਆਓ ਹਾਂ, ਚਲੋ, ਹਾਸਰਸ ਦੇ ਵਿੱਚ ਇੱਕ ਇਹ ਗੱਲ ਨਿਕਲਦੀ ਹੈ ਕਿ ਅੱਜ ਤੋਂ ਕਈ ਸਾਲ ਪਹਿਲਾਂ ਸਾਡੀ ਸਾਖਰਤਾ ਮੁਹਿੰਮ 'ਚ ਡਿਊਟੀ ਲੱਗ ਗਈ ਦੋਨਾਂ ਜਣਿਆਂ ਦੀ, ਅਤੇ ਸਾਨੂੰ ਕੰਮ ਦਿੱਤਾ ਗਿਆ ਵੀ ਤੁਸੀਂ ਮਹੀਨਾ ਬੱਚੇ ਨਹੀਂ ਪੜ੍ਹਾਉਣੇ, ਬੁੜੇ ਅਤੇ ਬੁੜੀਆਂ ਪੜ੍ਹਾਉਣੇ ਨੇ। ਅਤੇ ਮੈਂ ਇਹਨੂੰ ਪੁੱਛਿਆ ਵੀ ਚਲੋ ਬੁੜੇ ਅਤੇ ਬੁੜੀਆਂ ਆਪਾਂ ਪੜ੍ਹਾਉਣੇ ਸਕੂਲ 'ਚ ਨੇ, ਕਹਿੰਦਾ ਸਕੂਲ 'ਚ ਪੜ੍ਹਾ ਕੇ ਕਿਵੇਂ ਲੋਟ ਆਊਗਾ? ਜੇ ਸਕੂਲ 'ਚ ਬਜ਼ੁਰਗ ਆ ਗਏ ਖੂੰਡੇ ਲੈ ਕੇ, ਉਹ ਤਾਂ ਜਵਾਕਾਂ ਨੂੰ ਅਤੇ ਮੈਡਮਾਂ ਨੂੰ ਬਾਹਰ ਕੱਢ ਦੇਣਗੇ। ਇਸ ਕਰਕੇ ਧਰਮਸ਼ਾਲਾ ਦੇ ਵਿੱਚ ਆਪਾਂ ਨੂੰ ਥਾਈ 'ਚ ਥਾਂ ਦਿੱਤਾ ਹੋਇਆ, ਉੱਥੇ ਪੜ੍ਹਾਉਣੇ ਨੇ। ਉੱਥੇ 15-20 ਬੁੜੇ ਬੈਠੇ, 15-20 ਬੁੜੀਆਂ ਬੈਠੀਆਂ, ਅਤੇ ਮੈਂ ਇਹਨੂੰ ਪੁੱਛਿਆ ਵੀ ਕੋਈ ਮੈਟਰ ਹੈਗਾ? ਇਹ ਕਹਿੰਦਾ ਮੈਟਰ ਹੈਗਾ, ਇਹਨਾਂ ਨੂੰ ਕਾਇਦੇ ਦਿੱਤੇ ਨੇ। ਅਤੇ ਕਾਇਦੇ ਜਦੋਂ ਅਸੀਂ ਦੇਖਿਆ, ਸਾਨੂੰ ਤਾਂ ਐਂ ਸੀ ਵੀ ਊੜਾ ਉੱਠ, ਆੜਾ ਅੱਖ, ਈਡੀਏਟ, ਸੱਸਾ ਸੰਤਰਾ, ਉਹ ਕਾਇਦੇ ਹੋਣਗੇ। ਜਦੋਂ ਖੋਲ੍ਹਿਆ ਕਾਇਦਾ, ਉਹ ਬੱਬਾ ਬਲਦ, ਭੱਬਾ ਭੇਡ, ਮੰਮਾ ਮੋਰ, ਇੱਥੋਂ ਸ਼ੁਰੂ ਹੋਣ। ਚਲੋ ਕੋਈ ਗੱਲ ਨਹੀਂ, ਉੱਥੋਂ ਸ਼ੁਰੂ ਹੋ ਗਏ, ਪਰ ਜਿੱਥੇ ਬੱਬਾ ਬਲਦ ਉੱਥੇ ਫੋਟੋ ਛਪ ਗਈ ਢੱਠੇ ਦੀ, ਅਤੇ ਕੋਈ ਬਜ਼ੁਰਗ ਨਾ ਆਖੇ ਬੱਬਾ ਬਲਦ, ਆਖਣ ਬੱਬਾ ਢੱਠਾ। ਅਸੀਂ ਆਖਿਆ ਬਾਪੂ ਜੀ ਬੱਬਾ ਬਲਦ, ਕਹਿੰਦੇ ਹਾਲ ਤੁਸੀਂ ਵਧਵਾ ਹੈ ਕਿ ਅਸੀਂ ਵਧਵਾ ਹੈ? ਅਸੀਂ ਚੁੱਪ ਕਰ ਗਏ। ਮੈਂ ਇਹਨਾਂ ਨੂੰ ਆਖਿਆ ਹਿੰਦੀ ਦਾ ਕਾਇਦਾ ਲਿਆਓ, ਜਦੋਂ 8 ਦਿਨ ਬੱਬਾ ਬਲਦ ਤੋਂ ਗਾਹਾਂ ਗੱਲ ਨਾ ਤੁਰੀ, ਅਸੀਂ ਬੱਬਾ ਬਲਦ ਕਹੀਏ, ਉਹ ਬੱਬਾ ਢੱਠਾ ਕਹਿਣ। ਹਾਂਜੀ, ਇਹਨਾਂ ਨੇ ਹਿੰਦੀ ਦਾ ਕਾਇਦਾ ਲਿਆਂਦਾ, ਕੈ ਕਬੂਤਰ ਖੈ ਖਰਗੋਸ਼, ਗੈ ਗਮਲਾ ਕਹਿ ਕੜੀ, ਉਹ ਵੀ ਕੈ ਕਬੂਤਰ ਤੇ ਗੇ ਰੜ ਗਿਆ। ਉਹ ਜਿੱਥੇ ਕੈ ਕਬੂਤਰ ਸੀ ਉੱਥੇ ਫੋਟੋ ਸੀ ਦੋ ਕਬੂਤਰਾਂ ਦੀ, ਇਹ ਪੁੱਛਣ ਬਾਪੂ ਜੀ ਕੈ ਕਬੂਤਰ ਆਖਣ ਦੋ, ਇਹ ਫਿਰ ਕਹਿਣ ਕੈ ਕਬੂਤਰ ਆਖਣ ਦੋ, ਉੱਥੋਂ ਨਾ ਗੱਲ। ਇੰਨੇ ਫਿਰ ਇੱਕ ਬਜ਼ੁਰਗ ਨੇ ਸੁਝਾਅ ਦਿੱਤਾ, ਕਹਿੰਦਾ ਵੀ ਪੰਜਾਬੀ ਅਤੇ ਅੰਗਰੇਜ਼ੀ ਨਹੀਂ ਤੁਸੀਂ ਕਾਮਯਾਬ ਹੋ ਸਕੇ, ਤੁਸੀਂ ਪੰਜਾਬੀ ਅਤੇ ਹਿੰਦੀ 'ਚ ਨਹੀਂ ਕਾਮਯਾਬ ਹੋ ਸਕੇ, ਤੁਸੀਂ ਅੰਗਰੇਜ਼ੀ ਪੜ੍ਹਾਓ। ਅਸੀਂ ਆਖਿਆ ਸਿੱਖ ਲਉਂਗੇ ਜੀ? ਕਹਿੰਦੇ ਹਾਂ। ਅਸੀਂ ਆਖਿਆ ਜੀ ਅੰਗਰੇਜ਼ੀ ਦਾ ਊੜਾ ਆੜਾ ਇਹ ਬੋਲਣਗੇ, ਮਗਰ ਬੋਲੋ। ਇਹਨਾਂ ਨੇ ਬੋਲਣਾ ਸ਼ੁਰੂ ਕਰਤਾ, ਏ ਬੀ ਸੀ ਡੀ ਈ। ਇੱਕ ਬਜ਼ੁਰਗਾਂ ਦਾ ਸਮਝ ਤਾਂ ਦਿਓ, ਹੀ ਹੀ ਐਂ ਹੋਈ ਜਾਂਦੀ ਹੈ। ਅਸੀਂ ਆਖਿਆ ਜੀ ਐਂ ਟਿਊਨ ਹੈ? ਕਹਿੰਦਾ ਨਹੀਂ, ਐਂ ਟਿਊਨ ਨਹੀਂ ਹੈਗੀ, ਇਹਦੇ ਕੋਡ ਵਰਡ ਬਣਾ ਕੇ ਪੜ੍ਹਾਓ, ਸਾਰੇ ਬੁੜੇ 10 ਮਿੰਟਾਂ 'ਚ ABC ਯਾਦ ਕਰ ਲੈਣਗੇ। ਅਸੀਂ ਆਖਿਆ ਜੀ ਕਿਵੇਂ ਕੋਡ ਵਰਡ? ਕਹਿੰਦਾ ਏ ਆਤਮੇ ਦੀ ਬੇਬੇ, ਬੀ ਬਲੌਰੇ ਦੀ ਬੇਬੇ, ਸੀ ਕੈਲੇ ਦੀ ਬੇਬੇ, ਡੀ ਦੇਬੇ ਦੀ ਬੇਬੇ, ਐਮ ਤੱਕ ਉਹਨੇ ਬ੍ਰੇਕਾਂ 'ਤੇ ਪੈਰ ਨਾ ਰੱਖਿਆ, ਕਹਿੰਦਾ ਐਮ ਮਹਿੰਦਰ ਦੀ ਬੇਬੇ। ਮੈਂ ਕਿਹਾ ਜੀ ਕੱਲ੍ਹ ਨੂੰ ਸੰਡੇ ਆ, ਛੁੱਟੀ ਕਰ ਦਈਏ ਹੁਣ, ਆਪਾਂ ਪਰਸੋਂ ਬਾਕੀ ABC ਕਰ ਲਵਾਂਗੇ। ਚਲੋ ਜੀ,
ਅਗਲੇ ਦਿਨ ਸੰਡੇ ਸੀ, ਪਰਸੋਂ ਨੂੰ ਜਦੋਂ ਅਸੀਂ ਸੋਮਵਾਰ ਨੂੰ ਗਏ, ਅਸੀਂ ਮਗਰੋਂ ਗਏ, ਡੀਓ ਸਾਹਿਬ ਪਹਿਲਾਂ ਬੈਠੇ। ਅੱਛਾ ਜੀ। ਉਹ ਕਹਿੰਦੇ ਉਹ ਇਹਨਾਂ ਨੂੰ ਕੁਛ ਸਿਖਾਇਆ ਵੀ ਹੈ ਕਿ ਕਮਿਸ਼ਰੀਆਂ ਹੀ ਸੁਣਾਈਆਂ। ਅਸੀਂ ਗਾਉਣ ਵਾਲੇ ਬੰਦੇ ਸੀ, ਆਟਾ ਸੀਗਾ ਆਪਣੇ ਇੱਥੋਂ, ਅਸੀਂ ਕੋਲੋਂ ਲਾਤਾ। ਅਸੀਂ ਆਖਿਆ ਜੀ ਪੰਜਾਬੀ ਇਹ ਸਿੱਖ ਗਏ, ਅੰਗਰੇਜ਼ੀ ਇਹ ਸਿੱਖ ਗਏ, ਹਿੰਦੀ ਇਹ ਸਿੱਖ ਗਏ, ਜਿਹੜਾ ਮਰਜ਼ੀ ਅੱਖਰ ਪੁੱਛ ਲਓ ਪਰ ਦੱਸਣਗੇ ਆਪਦੇ ਹਿਸਾਬ ਨਾਲ। ਉਹ ਤਾਂ ਕੋਈ ਗੱਲ ਨਹੀਂ, ਉਹਨਾਂ ਨੇ ਬੋਰਡ 'ਤੇ ਲਿਖਤੀ ਐੱਲ, ਕਹਿੰਦੇ ਆਹ ਕੀ ਹੈ, ਸਾਰੇ ਬਜ਼ੁਰਗਾਂ ਦੇ ਲਾਭੇ ਦੀ ਬੇਬੇ। ਉਹਨਾਂ ਨੇ ਲਿਖਤੀ ਜੇ, ਕਹਿੰਦੇ ਆਹ ਕੀ ਹੈ, ਕਹਿੰਦੇ ਜੱਗੀ ਦੀ ਬੇਬੇ। ਉਹਨਾਂ ਨੇ ਲਿਖਤੀ ਟੀ, ਕਹਿੰਦੇ ਤੋਤੇ ਦੀ ਬੇਬੇ। ਉਹ ਡੀਓ ਸਾਹਿਬ ਨੇ ਪਾਤਾ ਡਬਲ ਯੂ, ਉਹਨੂੰ ਪਤਾ ਨਹੀਂ ਸੀ ਵੀ ਐਮ ਤੱਕ ਸਿੱਖੇ ਨੇ ਮਹਿੰਦਰ ਦੀ ਬੇਬੇ। ਬਜ਼ੁਰਗ ਕਰਕੇ ਚੁੱਪ, ਉਹ ਕਹਿੰਦਾ ਜੀ ਬੋਲੋ ਹੁਣ। ਇੱਕ ਬਜ਼ੁਰਗ ਕਹਿੰਦਾ ਜੀ ਹੈ ਤਾਂ ਮਹਿੰਦਰ ਦੀ ਮਾਂ, ਗੱਲ ਕਰ ਤੁਸੀਂ ਪੁੱਠੀ ਕਿਉਂ ਕਰਤੀ। ਲਓ ਇੱਕ ਕਵੀਸ਼ਰੀ ਜਿਹੜੀ ਹਾਂ ਰੋਡਿਆਂ ਵਾਲੇ ਪੰਡਤਾਂ ਨੇ, ਪੰਡਿਤ ਸੋਮਨਾਥ ਜੀ ਹੋਰਾਂ ਨੇ ਬਹੁਤ ਚਿਰ ਦੀ ਗਾਈ ਹੈ, ਲਿਖੀ ਹੈ, ਅਸੀਂ ਉਹਨੂੰ ਥੋੜ੍ਹਾ ਜਿਹਾ ਮੋਡੀਫਾਈ ਕੀਤਾ। ਇੱਥੋਂ ਹੀ ਬਣੀ ਸੀ ਉਹ ਕਿ ਦੋ ਪਰਿਵਾਰਾਂ ਦੀਆਂ ਨੂੰਹਾਂ ਆਪਦੇ ਬਜ਼ੁਰਗਾਂ ਦੀ ਨੁਕਤਾਚੀਨੀ ਕਰਦੀਆਂ ਨੇ ਵੀ ਭੈਣੇ ਬੱਚੇ ਪੜ੍ਹਦੇ ਸੀ ਜੀ ਵਾਰੀ ਪੜ੍ਹਨ, ਜਿੱਦਣ ਦੇ ਬਜ਼ੁਰਗ ਪੜ੍ਹਨ ਲਾਏ ਨਾ ਸਾਡੇ ਬਾਪੂ ਨੇ ਅਸੀਂ ਐਂ ਚੱਕਤੇ। ਕਹਿੰਦੀ ਕੀ ਗੱਲ ਆ ਦੀ, ਐਂ ਨਹੀਂ ਪਤਾ, ਰਾਤ ਨੂੰ 1:30 ਵਜੇ ਉੱਠ ਕੇ ਲੱਗ ਜਾਂਦਾ ਇੱਕ ਦਾ ਏਕ। ਉਹ ਦੂਜੀ ਕਹਿੰਦੀ ਸਾਡਾ ਬਾਪੂ ਐਂ ਤਾਂ ਨਹੀਂ ਕਰਦਾ, ਪਰ ਉਹ ਕਿਸੇ ਚੁੱਲ੍ਹੇ ਦੀ ਜਾਂ ਹਾਰੇ ਦੀ ਸਵਾਹ ਨਹੀਂ ਛੱਡਦਾ, ਵਿਛਾ ਕੇ ਸਵਾਹ ਫਿਰ ਆਖੂਗਾ ਭਾਈ ਆ ਪੀੜ੍ਹੀ ਪਰੇ ਚੱਕ ਦਿਓ, ਮੰਜਾ ਪਰੇ ਚੱਕ ਦਿਓ, ਸਕੂਟਰ ਪਰੇ ਕਰ ਦਿਓ, ਅਤੇ ਮੇਰਾ ਇੱਧਰ ਨੂੰ ਰਾਰਾ ਹੁੰਦਾ, ਮੇਰਾ ਪੱਪਾ ਹੁੰਦਾ। ਕਵਿਤਾ ਦੀ ਟੇਕ ਹੈ 70 ਸਾਲੇ ਪੜ੍ਹਦੇ ਕਰਦੇ ਵੇਖ ਕਮਾਲ ਕੁੜੇ। ਹੋਏ ਆ ਗਿਆ ਨਵਾਂ ਜ਼ਮਾਨਾ, ਪੈ ਗਿਆ ਜ਼ੋਰ ਪੜ੍ਹਾਈ ਦਾ, ਮਾਸਟਰ ਨਵੇਂ ਮੰਗਾ ਲੈ ਸਕੂਲ ਬਣਾ ਲਿਆ ਥਾਈ ਦਾ। ਕੁਰਬਲ ਕੁਰਬਲ ਹੋਵੇ ਤੈਨੂੰ ਦੱਸਾਂ ਹਵਾਲ ਕੁੜੇ, 70 ਸਾਲੇ ਪੜ੍ਹਦੇ ਕਰਦੇ ਵੇਖ ਕਮਾਲ ਕੁੜੇ। ਕਹਿੰਦੀ ਅੱਖਰ ਜਦੋਂ ਬੁਲਾਉਂਦੇ ਬੋਲਣ ਲਫ਼ਜ਼ ਕਸੂਤਾ ਨੀ, ਦੰਦ ਝਾੜਨਾ ਕੋਈ ਬਾਂਦਰ ਵਰਗਾ ਬੂਥਾ ਨੀ। ਜੀਭ ਖਾਖ ਨਾ ਵੱਜਦੀ ਖੜਕੇ ਜੋ ਕੜਿਆਲ ਕੁੜੇ, 70 ਸਾਲੇ ਪੜ੍ਹਦੇ ਕਰਦੇ ਵੇਖ ਕਮਾਲ ਕੁੜੇ। ਨਾਲੇ ਕੈਦਾ ਫੱਟੀ ਚੱਕ ਕੇ ਤੁਰਦੇ ਕਰਦੇ ਲੋੜਾ ਨੀ, ਬਾਬੇ ਕਰਦੇ ਲੋੜਾ ਨੀ, ਊੜਾ ਕਹਿੰਦੇ ਬੋਤਾ ਆੜਾ ਕਹਿੰਦੇ ਘੋੜਾ ਨੀ। ਬੋਲਣ ਜਦੋਂ ਪਹਾੜੇ ਖੜਕੇ ਪਾਲੋ ਪਾਲ ਕੁੜੇ, 70 ਸਾਲੇ ਪੜ੍ਹਦੇ ਕਰਦੇ ਵੇਖ ਕਮਾਲ ਕੁੜੇ। ਨਾਲੇ ਸਾਡਾ ਬਾਪੂ ਬੇੜੇ ਦੇ ਵਿੱਚ ਰਾਖ ਵਿਛਾਉਂਦਾ ਹੈ, ਚੱਕ ਦਿਓ ਭਾਈ ਚਰਖਾ ਮੇਰਾ ਊੜਾ ਆਉਂਦਾ ਹੈ। ਪਿਆ ਅਜੇ ਨੀ ਆੜਾ ਲਾਤਾ ਫਿਰਨੀ ਨਾਲ ਕੁੜੇ, 70 ਸਾਲੇ ਪੜ੍ਹਦੇ ਕਰਦੇ ਵੇਖ ਕਮਾਲ ਕੁੜੇ। ਕਹਿੰਦੀ ਹੁਣ ਡੰਗਰ ਨੀ ਚਰਦੇ ਆ ਕੇ ਰੋਜ਼ ਘਰੇ ਲੜਦਾ, ਪਰ ਸਮਰਾਈਆਂ ਅੱਖਾਂ ਐਤਕੀ ਬਾਪੂ ਜੀ ਪੜਦਾ। ਦਿਸੇ ਅੱਖਾਂ ਤੋਂ ਥੋੜਾ ਮੂਰੇ ਡਿੱਗਦੇ ਵਾਲ ਕੁੜੇ, 70 ਸਾਲੇ ਪੜ੍ਹਦੇ ਕਰਦੇ ਵੇਖ ਕਮਾਲ ਕੁੜੇ। ਉਹ ਵੀ ਕੱਕੇ ਖੱਖੇ ਗੱਗੇ ਦੀ ਤਾਂ ਪੁੱਛ ਨਾ ਬਾਤ ਕੁੜੇ, ਇਹ ਕਾਦੂਆ ਕਹਾਉਂਦਾ ਰਹਿੰਦਾ ਸਾਰੀ ਰਾਤ ਕੁੜੇ। ਸਾਰੇ ਟੱਬਰ ਦੀ ਕਰਤੀ ਉਹਨੇ ਨੀਂਦ ਹਲਾਲ ਕੁੜੇ, 70 ਸਾਲੇ ਪੜ੍ਹਦੇ ਕਰਦੇ ਵੇਖ ਕਮਾਲ ਕੁੜੇ। ਨਾਲੇ ਇੱਕ ਦਿਨ ਪਈ ਨਾਈੜੀ ਬਾਪੂ ਨੂੰ ਗੁੱਸਾ ਚੜ ਗਿਆ ਨੀ, ਮੱਲੋ ਮੱਲੀ ਸੱਸਾ ਚੁੱਲ੍ਹੇ ਦੇ ਵਿੱਚ ਵੜ ਗਿਆ ਨੀ। ਗੁੱਸੇ ਦੇ ਵਿੱਚ ਆ ਕੇ ਚਲਾ ਕੇ ਮਾਰਿਆ ਥਾਲ ਕੁੜੇ, 70 ਸਾਲੇ ਪੜ੍ਹਦੇ ਕਰਦੇ ਵੇਖ ਕਮਾਲ ਕੁੜੇ। ਕਹਿੰਦੀ ਕਾਹਦੀਆਂ ਇਹ ਪੜ੍ਹਾਈਆਂ, ਹੋਈ ਪਈ ਐ ਬਸ ਕੁੜੇ, ਹੋਈ ਪਈ ਐ ਬਸ ਕੁੜੇ,
ਤੇਰਾ ਪੜਦਾ ਸੋਹਰਾ ਮੇਰੀ ਪੜਦੀ ਸੱਸ ਕੁੜੇ ਓਏ ਉਹ ਵੀ ਕਹਿੰਦੀ ਪੜ੍ਹ ਕੇ ਮੈਂ ਹੋ ਗਈ ਨਿਹਾਲ ਕੁੜੇ 70 ਸਾਲੇ ਪੜਦੇ ਕਰਦੇ ਵੇਖ ਕਮਾਲ ਕੁੜੇ ਉਹ ਵੀ ਮੰਗਦੇ ਆ ਸੁਖ ਥੋੜੀ ਖੁਸਰੇ ਸੰਤ ਗਵਈਏ ਜੀ ਧੰਨਵਾਦ ਹੈ ਤੁਹਾਡਾ ਦੇ ਗਏ ਬਹੁਤ ਰੁਪਈਏ ਜੀ ਆਪਣੀਆਂ ਫੈਮਿਲੀ ਚ ਆ ਕੇ ਹੋ ਗਏ ਮਾਲੋ ਮਾਲ ਕੁੜੇ 70 ਸਾਲੇ ਪੜਦੇ ਕਰਦੇ ਵੇਖ ਕਮਾਲ ਕੁੜੇ ਉਹ ਵੀ ਹੁਣ ਬਖਸ਼ੋ ਸਾਨੂੰ ਛੁੱਟੀਆਂ ਅਸੀਂ ਵੀ ਫਤਿਹ ਬੁਲਾਵਾਂਗੇ ਫੇਰ ਸੱਦੋਗੇ ਜਿੱਦੇ ਹੁਣ ਅਸੀਂ ਉਦੇ ਆਵਾਂਗੇ ਕਿੱਡੇ ਹੰਸ ਸਰੋਤੇ ਸੁਣਦੇ ਚਾਵਾਂ ਨਾਲ ਕੁੜੇ 70 ਸਾਲੇ ਪੜਦੇ 70 ਸਾਲੇ ਪੜਦੇ ਕਰਦੇ ਵੇਖ ਕਮਾਲ ਕੁੜੇ ਜਿਹੜਾ ਅਸੀਂ ਸ਼ਬਦ ਕਹੇ ਨਾ ਮੰਗਦੇ ਹਾਂ ਸੁੱਖ ਥੋੜੀ ਖੁਸਰੇ ਸੰਤ ਗਵਈਏ ਜੀ ਇਹ ਤਿੰਨ ਕੈਟਾਗਰੀਆਂ ਜਿਹੜੇ ਲੋਕਾਂ ਦੀ ਸੁੱਖ ਮੰਗਦੇ ਨੇ ਇੱਕ ਤਾਂ ਸੰਤ ਮਹਾਂਪੁਰਸ਼ ਜਿਨ੍ਹਾਂ ਨੇ ਕਹਿਣਾ ਹੁੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੇ ਇੱਕ ਅਸੀਂ ਗਵਈਏ ਲੋਕ ਅਸੀਂ ਐਂ ਚਾਹੁੰਦੇ ਹਾਂ ਵੀ ਮੇਲੇ ਲੱਗਦੇ ਰਹਿਣ ਵਿਆਹ ਹੁੰਦੇ ਰਹਿਣ ਜਾਂ ਤੁਹਾਡੇ ਵਰਗੇ ਚੈਨਲ ਵਾਲੇ ਸਾਨੂੰ ਸਾਦੇ ਰਹਿਣ ਅਸੀਂ ਸੰਗਤ ਦੇ ਰੂਬਰੂ ਹੁੰਦੇ ਰਹੀਏ ਸੰਗਤ ਸੁਣਦੀ ਰਹੇ ਅਸੀਂ ਸੁਣਾਉਂਦੇ ਰਹੀਏ ਅਤੇ ਇੱਕ ਖੁਸਰੇ ਬਾਬੇ ਉਹ ਭਾਵੇਂ 8ਵੇਂ ਮੁੰਡੇ ਦੀ ਵਧਾਈ ਲੈ ਕੇ ਜਾਣ ਹੁਣ ਤਾਂ ਬੜੀ ਖੁਸ਼ੀ ਹੈ ਵੀ ਲੋਕ ਕੁੜੀਆਂ ਦੀ ਵੀ ਵਧਾਈ ਦਿੰਦੇ ਨੇ ਹਾਂ ਅਤੇ ਭਾਵੇਂ ਉਹ 8ਵੇਂ ਮੁੰਡੇ ਦੀ ਵਧਾਈ ਲੈ ਕੇ ਜਾਣ ਪਰ ਜਾਂਦੇ ਹੋਏ ਬੋਲੀ ਐਂ ਪਾ ਕੇ ਜਾਣਗੇ ਕੋਠੇ ਉੱਤੇ ਮੋਰ ਗਾਹਾਂ ਨੂੰ ਮੁੰਡਾ ਜੰਮੇ ਹੋਰ ਸਮੇਂ ਨੂੰ ਫੇਰ ਆਈਏ ਜੀ ਵਧਾਈ ਲੈ ਕੇ ਜਾਈਏ ਜੀ ਇਸ ਕਰਕੇ ਖੁਸ਼ੀਆਂ ਵੰਡੋ ਸਮਾਜ ਤੁਹਾਡੀਆਂ ਖੁਸ਼ੀਆਂ ਨੂੰ ਉਡੀਕਦਾ ਅਤੇ ਸਾਰੇ ਚਿਹਰਿਆਂ 'ਤੇ ਰੌਣਕ ਰਹੇ ਬਾਈ ਤੁਸੀਂ ਗੱਲ ਕੀਤੀ ਸੀ ਪੈਸਿਆਂ ਦੀ ਹੁਣੇ ਹੈ ਨਾ ਆਮ ਕਰਕੇ ਤੁਸੀਂ ਪ੍ਰੋਗਰਾਮ ਲਾਉਣ ਜਾਂਦੇ ਹੋ ਨਾ ਆਪਾਂ ਸਿੰਗਰਾਂ ਨੂੰ ਦੇਖਦੇ ਹਾਂ ਵੀ ਸਿੰਗਰ ਕੀ ਕਰਦੇ ਪ੍ਰੋਗਰਾਮ ਤੋਂ ਪਹਿਲਾਂ ਕਹਿੰਦੇ ਬਈ ਜਿੰਨੀ ਸਾਡੀ ਫੀਸ ਆ ਉਹ ਦੇ ਹੈ ਨਾ ਤੁਹਾਡੇ ਨਾਲ ਵੀ ਐਂ ਹੁੰਦਾ ਵੀ ਤੁਸੀਂ ਜਾਂਦੇ ਹੋ ਜਦੋਂ ਪਹਿਲਾਂ ਫੀਸ ਲੈਂਦੇ ਹੋ ਜਾਂ ਪ੍ਰੋਗਰਾਮ ਤੋਂ ਬਾਅਦ ਜਾਂ ਕਦੇ ਐਂ ਹੁੰਦਾ ਵੀ ਤੁਹਾਨੂੰ ਗਵਾਲਿਆ ਤੇ ਫੀਸ ਦਿੱਤੀ ਨੂੰ ਦੇਖੋ ਜੀ ਦੋ ਜਣਿਆਂ ਨੂੰ ਪੈਸੇ ਦਿੰਦੇ ਨੇ ਲੋਕ ਇੱਕ ਤਾਂ ਗਾਉਣ ਵਾਲਿਆਂ ਨੂੰ ਅਤੇ ਇੱਕ ਘੁਲਣ ਵਾਲਿਆਂ ਨੂੰ ਠੀਕ ਹੈ ਘੁਲਣ ਵਾਲਿਆਂ 'ਚ ਖਿਡਾਰੀ ਵੀ ਆ ਜਾਂਦੇ ਨੇ ਦੇਣੇ ਵੀ ਚਾਹੀਦੇ ਨੇ ਅਤੇ ਇਹ ਦੋਨਾਂ ਜਣਿਆਂ ਨੇ ਮਤਲਬ ਆਪਦੀ ਖੁਰਾਕ ਖਾਣੀ ਹੁੰਦੀ ਹੈ ਅਤੇ ਪਹਿਲਾਂ ਤਾਂ ਇਹਦੇ ਨਾ ਵੀ ਜਦੋਂ ਮੱਲ ਉੱਠਦੇ ਮੁੰਡੇ ਪਿੰਡਾਂ 'ਚੋਂ ਅਤੇ ਮੱਲਾਂ ਨੂੰ ਘਿਓ ਦੇ ਕੇ ਆਉਂਦੀ ਸੰਗਤ ਕੋਈ ਬੁੜੀ ਕਿਲੋ ਦੇ ਆਈ ਕੋਈ 2 ਕਿਲੋ ਕੋਈ ਤਕੜਾ ਘਰ 10 ਕਿਲੋ ਵੀ ਦੇ ਆਇਆ ਹੁਣ ਤੁਹਾਨੂੰ ਪਤਾ ਵੀ ਘਿਓ ਪਹਿਲੀ ਗੱਲ ਤਾਂ ਹੁੰਦਾ ਨਹੀਂ ਹੋਵੇ ਤਾਂ ਖਾਧਾ ਨਹੀਂ ਜਾਂਦਾ ਖਾ ਲਏ ਤਾਂ ਘਿਓ ਪਚਦਾ ਨਹੀਂ ਜੇ ਪਚ ਜੇ ਤਾਂ ਬੰਦਾ ਪਚਦਾ ਨਹੀਂ ਹੁਣ ਤਾਂ ਗੱਲ ਇਹ ਹੈ ਅਤੇ ਬਦਾਮ ਜ਼ਰੂਰ ਅਸੀਂ ਖਾਂਦੇ ਹਾਂ ਅਤੇ ਜਿਹੜੀ ਤੁਸੀਂ ਗੱਲ ਕਹਿੰਦੇ ਵੀ ਕਈ ਵਾਰੀ ਪੈਸਿਆਂ ਤੋਂ ਰਹਿ ਵੀ ਜਾਂਦੇ ਹਾਂ ਐਂ ਸਾਡੇ ਨਾਲ ਕੇਰਾਂ ਹੋਈ ਸੀ ਵਾਲੇ ਵਾਰੀ ਤਾਂ ਨਹੀਂ ਹੋਈ ਹਾਂ ਅਸੀਂ ਨਾਂ ਤਾਂ ਨਹੀਂ ਲੈਂਦੇ ਕਿਸੇ ਸੰਤ ਮਹਾਂਪੁਰਸ਼ ਨੇ ਬੜਾ ਚੰਗਾ ਕੰਮ ਕਰਿਆ ਸੀ 151 ਲੜਕੀਆਂ ਦੇ ਵਿਆਹ ਸੀ ਅਤੇ ਸਾਡਾ ਪ੍ਰੋਗਰਾਮ ਬੜਾ ਇਕੱਠ ਅਸੀਂ 2 ਘੰਟੇ ਗਾਇਆ ਅਤੇ ਉਹ ਜਿਹੜੀ ਸਾਡੇ ਮੂਹਰੇ ਬਾਲਟੀ ਰੱਖੀ ਸੀ ਉਹ ਤਾਂ ਉਹ ਅੰਦਰ ਲੈ ਗਏ ਉਹ ਨਹੀਂ ਸਾਨੂੰ ਤਾਂ ਅਸੀਂ ਬਾਲਟੀ ਭਰ ਗਈ ਹਾਂ ਵੀ ਸਪੈਸ਼ਲ ਨਾਮ ਤਾਂ ਪਏ ਨਾ ਉਹ ਤਾਂ ਉਹ ਜਦੋਂ ਅਸੀਂ ਹਟ ਗਏ ਨਾਲ ਦੀ ਨਾਲ ਹੀ ਲੈ ਗਏ ਸੇਵਾਦਾਰ ਅੰਦਰ ਚਲੋ ਅਸੀਂ ਆਪ ਵੀ ਦੀ ਕਿਆ ਸਰਾਈਆਂ ਲਾਉਣ ਲੱਗ ਗਏ ਕਹਿੰਦੇ ਵੀ ਕਿੰਨੇ ਕੁ ਰੁਪਈਏ ਦੇਊਗਾ ਬਾਬਾ ਮੈਂ ਕਿਹਾ 5000 ਦੇਣਾ ਚਾਹੀਦਾ ਇਹ ਕਹਿੰਦੇ ਜਮਾਂ ਹੀ ਥੱਲੇ ਡਿੱਗ ਪਿਆ ਬਲਕਰਨ ਸਿੰਘ ਕਹਿੰਦਾ 10000 ਦੀ ਤਾਂ ਮੈਂ ਗਰੰਟੀ ਲੈਂਦਾ ਜਗਸੀਰ ਸਿੰਘ ਕਹਿੰਦਾ ਨਾ ਜੀ 15 ਜਾਂ 20 ਹਜ਼ਾਰ ਬਾਬੇ ਘੱਟੋ ਘੱਟ ਦੇਣਗੇ ਅਤੇ ਇਹੋ ਜਿਹੀ ਗੱਲ ਨਹੀਂ ਹੈ ਬਹੁਤ ਸੋਹਣਾ ਪ੍ਰੋਗਰਾਮ ਲੱਗਿਆ ਬੜਾ ਸੰਗਤ ਨੇ ਆਪਣਾ ਸਤਿਕਾਰ ਕੀਤਾ ਕਾਰਡ ਬੜੇ ਲੱਗੇ ਨੇ ਅਤੇ ਬਾਬੇ ਨੇ ਜਮਾਂ ਹੀ ਨਿੱਕਾ ਕੱਤਤਾ ਜਦੋਂ ਸਾਨੂੰ ਪੈਸੇ ਦੇਣ ਦੀ ਵਾਰੀ ਆਈ ਉਦੋਂ ਨਾਲ ਪਹਿਲਾਂ ਸਰੋਪਾ ਦਿੰਦੇ ਨੇ ਫਿਰ ਪੈਸੇ ਦਿੰਦੇ ਨੇ ਅਤੇ ਬਾਬਾ ਜੀ ਆਦੇ ਕਿ ਆਜੋ ਵੀ ਆਜੋ ਆਜੋ ਜਥਾ ਆਜੋ ਕਮਿਸ਼ਰੀ ਜਥਾ ਆ ਗਏ ਜਦੋਂ ਕੋਲੇ ਹੋਏ ਅਤੇ ਕੋਈ ਪੈਸਿਆਂ ਵਾਲਾ ਲਿਫਾਫਾ ਨਾ ਹੋਰ ਨਾ ਪਾ ਕੇ ਸਾਡੇ ਗਲ ਚ ਵਿੱਚ ਸਰੋਪਾ ਕਹਿੰਦੇ ਬੋਲੇ ਸੋ ਨਿਹਾਲ ਇਹ ਕਹਿੰਦੇ ਜੀ ਸਤਿ ਸ੍ਰੀ ਅਕਾਲ
ਮੈਂ ਕਿਹਾ ਜੀ ਲਿਫਾਫਾ, ਕਹਿੰਦੇ ਚੰਗਾ ਸ਼ਾਬਾਸ਼ ਹੈ ਆਉਂਦੇ ਰਹੋ ਤੇ ਸਾਡੀ ਗੱਡੀ ਇੱਧਰ ਬਠਿੰਡੇ ਬੰਨੀ ਤੁਰੇ ਨਾ, ਕਿਉਂ ਤਿੰਨੇ ਜਣੇ ਗੱਲ ਅਸੀਂ ਕੋਈ ਨਾ ਕਰੀਏ। ਅੱਛਾ ਗਾਹਾਂ ਆ ਗਏ ਪੈਟਰੋਲ ਪੰਪ 'ਤੇ, ਉੱਥੇ ਆ ਕੇ ਜੀ ਗੱਡੀ ਰੋਕਤੀ, ਉਹਨੇ ਸਾਡੀਆਂ ਦੇਖ ਕੇ ਜਾਕਟਾਂ ਅਤੇ ਪੱਗਾਂ ਵੀ ਚੜ੍ਹਦੀ ਕਲਾ ਵਾਲਾ ਜਥਾ ਹੈ ਬਿਨਾਂ ਪੁੱਛੇ ਤੋਂ 2000 ਦਾ ਤੇਲ ਠੇਕ ਠੋਕਤਾ ਜੀ। ਮੈਂ ਇਹਨਾਂ ਨੂੰ ਪੁੱਛਿਆ, ਮੈਂ ਕਿਹਾ ਤੁਹਾਡੀ ਜੇਬ 'ਚ ਕਿੰਨੇ ਰੁਪਈਏ ਨਾ? ਉਹ ਕਹਿੰਦਾ ਤੁਹਾਡੇ ਕੋਲ ਕਿੰਨੇ? ਮੈਂ ਕਿਹਾ ਮੇਰੇ ਕੋਲ 50, ਇਹਨਾਂ ਕੋਲ ਵੀ 100, ਇਹਨਾਂ ਕੋਲ ਵੀ 100, 250 ਰੁਪਈਆ। ਅਤੇ ਉਹ 2000 ਦਾ, ਕਹਿੰਦੇ ਵੀ ਤੇਲ 2000 ਦਾ ਠੋਕਤਾ ਪੈਟਰੋਲ, ਹੁਣ ਕਿਵੇਂ ਕਰੀਏ? ਮੈਂ ਕਿਹਾ ਕੋਈ ਨਹੀਂ, ਆਪਾਂ ਵੀ ਬਾਬਾ ਜੀ ਵਾਲੀ ਤਕਨੀਕ ਵਰਤਾਂਗੇ। ਉਹ ਜਦੋਂ ਪੈਸੇ ਲੈਣ ਵਾਸਤੇ ਕੋਲ ਹੋਇਆ ਉਹਨਾਂ ਦਾ ਕਰਿੰਦਾ ਵੀ ਹਾਂਜੀ ਆ ਜਾਓ ਪੈਸੇ ਲੈ ਲਓ, ਅਤੇ ਮੈਂ ਉਹਦੇ ਗੱਲ 'ਚ ਸਰੋਪਾ ਪਾਤਾ। ਮੈਂ ਕਿਹਾ ਬੋਲੇ 100 ਨਿਹਾ। ਇਹ ਕਹਿੰਦੇ ਸਤਿ ਸ਼੍ਰੀ ਅਕਾਲ। ਉਹ ਕਹਿੰਦਾ ਜੀ ਪੈਸੇ? ਮੈਂ ਕਿਹਾ ਗਾਹਾਂ ਤੋਂ ਵੀ ਇਕੱਲਾ ਸਰੋਪਾ ਹੀ ਮਿਲਿਆ। ਕਈ ਵਾਰੀ ਇਹੋ ਜਾਂਦਾ। ਹਾਂ, ਦੂਜੀ ਗੱਲ ਜਿਹੜੀ ਤੁਸੀਂ ਆਪਾਂ ਗੱਲ ਕਰੀਏ ਚੜ੍ਹਦੀ ਕਲਾ ਢਹਿੰਦੀ ਕਲਾ, ਉਹ ਇਹ ਹੈ ਕਿ ਸਾਡੀਆਂ ਦੋ ਤਾਈਆਂ ਨੇ ਪਿੰਡ 'ਚ, ਅਤੇ ਇੱਕ ਢਹਿੰਦੀ ਕਲਾ ਵਾਲੀ ਹੈ, ਇੱਕ ਚੜ੍ਹਦੀ ਕਲਾ ਵਾਲੀ ਹੈ। ਜਿਹੜੀ ਚੜ੍ਹਦੀ ਕਲਾ ਵਾਲੀ ਹੈ ਨਾ, ਉਹ ਬਿਮਾਰ ਬੁੜੇ ਦਾ ਪਤਾ ਲੈਣ ਜਾਊ ਅਤੇ ਗੱਲਾਂ ਨਾਲ ਤਕੜਾ ਕਰਿਆ। ਹੁਣ ਜਿਵੇਂ ਬੇਬੇ ਗਾਹਾਂ ਢਿੱਲੀ ਹੈ, ਉਹ ਜਾਣ ਸਰ ਪੁੱਛੂ, ਹਾਂ ਗੇ ਜੋ ਕੀ ਹਾਲ ਹੈ? ਅਤੇ ਗੇ ਜੋ ਥੋੜ੍ਹੀ ਜਿਹੀ ਢਿੱਲੀ, ਮੈਂ ਤਾਂ ਢਿੱਲੀ ਆ ਪੜ੍ਹੋ। ਉਹ ਆਖੂ ਨਾ ਨਾ ਨਾ, ਤੂੰ ਚੇਤਨਾ ਹੌਲਾ ਕਰ, ਪਿਛਲੇ ਹਫ਼ਤੇ ਮੈਂ ਤੁਹਾਡੇ ਘਰੇ ਆਈ ਸੀ ਨਾ, ਉਹਦੇ ਨਾਲੋਂ ਤੇਰਾ ਚਿਹਰਾ ਸੋਹਣਾ ਹੋਇਆ ਪਿਆ, ਉਹਦੇ ਤੇਰਾ ਮੱਥਾ ਬੁਝਿਆ ਪਿਆ ਸੀ, ਅੱਜ ਤੇਰਾ ਮੱਥਾ ਦਗ ਦਗ ਕਰਦਾ, ਉਹਦੇ ਤੇਰਾ ਬੋਲ ਕੰਮਦਾ ਸੀ, ਅੱਜ ਭੋਰਾ ਨਹੀਂ ਕੰਮਦਾ। ਇਹੋ ਜਿਹੀਆਂ ਗੱਲਾਂ ਕਰਕੇ ਆਊ ਵੀ ਉਹਨੂੰ ਐਂ ਲੱਗੂ ਵੀ ਜਿਹੜੀ ਕੱਲ੍ਹ ਮੇਰਾ ਪੋਤਾ ਦਵਾਈ ਲੈ ਕੇ ਆਇਆ ਮੋਗਿਓਂ, ਮੈਨੂੰ ਕੰਮ ਕਰ ਗਈ, ਮੈਂ ਬਚੂੰਗੀ। ਕਈ ਮੌਤ ਦੇ ਮੂੰਹ 'ਚ ਜਾਂਦੀਆਂ ਬੁੜੀਆਂ ਉਹਨੇ ਮੋੜ ਲਈਆਂ, ਅੱਜ ਤੱਕ ਨਹੀਂ ਮਰੀਆਂ ਜਿਹੜੀਆਂ ਵਿਚਾਰੀਆਂ, ਐਂ ਲੱਗਦਾ ਸੀ ਵੀ ਇੱਕ ਦੋ ਦਿਨਾਂ ਦੀਆਂ। ਉਹ ਤਾਂ ਹੈ ਚੜ੍ਹਦੀ ਕਲਾ ਵਾਲੀ। ਜਿਹੜੀ ਦੂਜੀ ਤਾਈ ਆ ਉਹ ਢਹਿੰਦੀ ਕਲਾ ਵਾਲੀ ਹੈ। ਉਹ ਵਿਚਾਰੀ ਅਗਲੇ ਦੇ ਬਾਰ ਵੜਦੀ, ਪਹਿਲਾਂ ਤਾਂ ਬੁਝੇ ਵੱਲ ਮਰ ਗਿਆ ਤਾਂ ਮੂੰਹ ਕਰ ਲੂਗੀ, ਹੁਣ ਗੇ ਜੋ ਤਾਂ ਪਹਿਲਾਂ ਢਿੱਲੀ ਹੈ, ਤੇ ਦੂਰੋਂ ਹੀ ਉਹ ਦਹਾਈਆਂ ਦੇਣ ਲੱਗ ਜੂਗਾ, ਤੂੰ ਤਾਂ ਕਾਲੀ ਹੋ ਗਈ, ਤੇਰੀਆਂ ਤਾਂ ਅੱਖਾਂ ਹੀ ਵਿੱਚ ਵੜ ਗਈਆਂ, ਤੂੰ ਤਾਂ ਹੱਡੀਆਂ ਦੀ ਮੁੱਠੀ ਬਣ ਗਈ ਭੈਣੇ, ਤੂੰ ਨੀ ਵਾਲੇ ਦਿਨ ਕੱਟਦੀ, ਤੇ ਤੇਰੇ ਵਾਲੀ ਬਿਮਾਰੀ ਸਾਡੀ ਚਰਨੋਂ ਦੀ ਸੱਸ ਨੂੰ ਸੀ। ਉਹ ਭੱਜ ਕੇ ਬੋਲੂ, ਕਿਵੇਂ ਹੁਣ ਤਕੜੀ ਹੈ? ਕਿੱਥੋਂ? ਹਾਂ ਮੁੱਕ ਗਈ। ਜਦੋਂ ਮੁੱਕ ਗਈ ਕਹਿਤਾ, ਬਸ ਉਹ ਬੇਬੇ ਦੇ ਤਾਂ ਉੱਥੇ ਕੁੱਤੇ ਫੇਲ ਹੋ ਜਾਂਦੇ। ਉਹ ਤਾਂ ਉਹਦੀਆਂ ਆਖੂ, ਬੇ ਪਿੰਦਰਾ ਵੀ ਸੱਦ ਲਓ, ਵੀ ਤੇਰੀ ਭੂਆ ਨੂੰ ਤੇਰੀ ਤਾਈ ਕਹੇਗੀ। ਕਈ ਬੁੜੀਆਂ ਹਜੇ ਮਰਦੀਆਂ ਨਹੀਂ ਸੀ ਜੇ ਉਹ ਪਤਾ ਲੈਣ ਨਾ ਗਿਆ। ਅਤੇ ਬਸ ਗੱਲ ਇਹ ਹੈ, ਵਿਚਾਰੀ ਦਾ ਉਹਦਾ ਵੀ ਕੋਈ ਮਤਲਬ ਤਾਂ ਇਹ ਹੈ ਨਹੀਂ ਵੀ ਕੋਈ ਮਰੇ, ਅਤੇ ਪਰ ਉਹਦੀਆਂ ਗੱਲਾਂ ਹੀ ਇਸ ਤਰ੍ਹਾਂ ਦੀਆਂ ਨੇ, ਢਹਿੰਦੀ ਕਲਾ ਵਾਲੀਆਂ ਨੇ ਅਤੇ ਦੂਜੇ ਦੀਆਂ ਚੜ੍ਹਦੀ ਕਲਾ। ਵੀ ਆਪਣੇ ਪਹਿਲਾਂ ਪੁਰਾਣੇ ਟਾਈਮਾਂ 'ਚ ਅਸੀਂ ਛੋਟੇ ਛੋਟੇ ਦੇਖੀਆਂ ਬੁੜੀਆਂ ਨੇ, ਜਦੋਂ ਕਿਸੇ ਦੇ ਮਕਾਨ ਜਾਂਦੀਆਂ ਨਾ, ਉਹ ਪੋਲੇ ਪਿੱਠ ਸਿਆਪੇ ਕਰਦੀਆਂ ਸੀਗੀਆਂ, ਵੇ ਤੂੰ ਮਰ ਗਿਆ, ਵੇ ਕਦੇ ਇਹੋ ਜਿਹੀ ਬੁੜੀ ਮਿਲੀ ਆ ਤੁਹਾਨੂੰ? ਬੁੜੀ ਵੀ ਮਿਲ ਗਈ, ਤਾਂ ਆਮ ਹੀ ਮਿਲਦੀਆਂ ਜੀ ਸਾਨੂੰ, ਅਤੇ ਅਸੀਂ ਉਹਨਾਂ ਨੂੰ ਦੇਖ ਕੇ ਇੱਕ ਕਵਿਤਾ ਦੀ ਵੀ ਰਚਨਾ ਕਰਾਈ ਹੈ। ਸਾਡੇ ਭੀਮ ਚੰਦ ਜੀ ਮੌੜ ਕਵੀਸ਼ਰ ਨਾ, ਉਹਨਾਂ ਨੇ ਛੰਦ ਲਿਖਿਆ, ਉਹ ਸਾਨੂੰ ਇਹੋ ਜਿਹੀਆਂ ਬੁੜੀਆਂ ਮਿਲਦੀਆਂ ਰਹਿੰਦੀਆਂ, ਅਤੇ ਫਿਰ ਅਸੀਂ ਉਹਨਾਂ ਤੋਂ ਉਹ ਲੈ ਲਿਆ। ਲੈ ਸੁਣੋ, ਹੋ ਆਓ ਬੁੜੀਆਂ ਦੇ ਚੋਜ ਵਿਖਾਈਏ, ਆਓ ਬੁੜੀਆਂ ਦੇ ਚੋਜ ਵਿਖਾਈਏ, ਮਾਰੇ ਕੁੜਮ ਦੇ ਗੀਤ ਗਵਾਈਏ, ਮਾਰੇ ਕੁੜਮ ਦੇ ਗੀਤ ਗਵਾਈਏ, ਕਹੇ ਕੁੜਮਣੀ ਕੀੜੂ ਕਾਣਾ ਖਬਰ ਕਸੂਤੀ ਕਰ ਗਿਆ ਵੇ, ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ, ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ, ਤੇਰੀ ਜੈ ਕੁੜਮਾ, ਪਾਲੋ ਨੀ ਜੋ ਵਧੀਆ ਰੋਊ, ਪਾਲੋ ਨੀ ਜੋ ਵਧੀਆ ਰੋਊ, ਆਪਣਾ ਗਾਹਾਂ ਮੁਕਾਬਲਾ ਹੋ, ਆਪਣਾ ਗਾਹਾਂ ਮੁਕਾਬਲਾ ਹੋ, ਸਿੰਘ ਕੁੰਡੀਆਂ ਜੋ ਅੜ ਗਿਆ ਵੇ, ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ, ਜੈ ਕੁੜਮਾ
ਖਾਂਦਾ ਪੀਂਦਾ ਮਰ ਗਿਆ ਵੇ ਤੇਰੀ ਜੈ ਕੁੜਮਾ। ਬੁੜੀਆਂ ਵੱਧੋ ਵੱਧ ਲਜਾਈਏ, ਬੁੜੀਆਂ ਵੱਧੋ ਵੱਧ ਲਜਾਈਏ, ਰੋਟੀ ਦੇ ਸੌਰੀ ਨੰਬਰ ਬਣਾਈਏ, ਰੋਟੀ ਦੇ ਸੌਰੀ ਨੰਬਰ ਬਣਾਈਏ, ਕੁੜਮ ਬੈਂਟਰੀ ਮਰ ਗਿਆ ਵੇ ਜੈ ਕੁੜਮਾ। ਖਾਂਦਾ ਪੀਂਦਾ ਮਰ ਗਿਆ ਵੇ ਜੈ ਕੁੜਮਾ, ਖਾਂਦਾ ਪੀਂਦਾ ਮਰ ਗਿਆ ਵੇ ਤੇਰੀ ਜੈ ਕੁੜਮਾ। ਮੁੜ ਕੇ ਟਰਾਲੀ ਹੇਠ ਉਤਾਹਾਂ, ਮੁੜ ਕੇ ਟਰਾਲੀ ਹੇਠ ਉਤਾਹਾਂ, ਨਿਰਨੇ ਕਾਲ ਜੇ ਰੋਈਆਂ ਗਾਹਾਂ, ਨਿਰਨੇ ਕਾਲ ਜੇ ਰੋਈਆਂ ਗਾਹਾਂ, ਕਈ ਬੁੜੀਆਂ ਦੇ ਧਰਨਾ ਪੈ ਗਈਆਂ, ਭੁੱਖਾ ਕਾਲ ਜਾ ਵੜ ਗਿਆ ਵੇ ਜੈ ਕੁੜਮਾ। ਖਾਂਦਾ ਪੀਂਦਾ ਮਰ ਗਿਆ ਵੇ ਜੈ ਕੁੜਮਾ, ਖਾਂਦਾ ਪੀਂਦਾ ਮਰ ਗਿਆ ਵੇ ਤੇਰੀ ਜੈ ਕੁੜਮਾ। ਗਾਹਾਂ ਜਾ ਕੇ ਬੈਣ ਵੇਖ ਲੋ ਜੀ ਕਿਹੜੇ ਢੰਗ ਨਾਲ ਪਾਉਂਦੀਆਂ। ਕੰਮ ਦਿਲ ਕੁੜਮਾ ਠੰਡ ਤੋਂ ਡਰ ਗਿਆ, ਕੰਮ ਦਿਲ ਕੁੜਮਾ ਠੰਡ ਤੋਂ ਡਰ ਗਿਆ, ਸਿਆਲ ਚੜਨ ਤੋਂ ਪਹਿਲਾਂ ਹੀ ਮਰ ਗਿਆ, ਸਿਆਲ ਚੜਨ ਤੋਂ ਪਹਿਲਾਂ ਹੀ ਮਰ ਗਿਆ, ਥੋੜੀ ਜੀ ਕਾਲੀ ਕਰ ਗਿਆ ਵੇ ਜੈ ਕੁੜਮਾ। ਖਾਂਦਾ ਪੀਂਦਾ ਮਰ ਗਿਆ ਵੇ ਜੈ ਕੁੜਮਾ, ਖਾਂਦਾ ਪੀਂਦਾ ਮਰ ਗਿਆ ਵੇ ਤੇਰੀ ਜੈ ਕੁੜਮਾ। ਓਏ ਰਹੀ ਕੁੜਮਣੀ ਮੇਰੀ ਕਮਲੀ, ਰਹੀ ਕੁੜਮਣੀ ਮੇਰੀ ਕਮਲੀ, ਫੂਕਿਆ ਨਾ ਤੂੰ ਐਡਾ ਅਮਲੀ, ਫੂਕਿਆ ਨਾ ਤੂੰ ਐਡਾ ਅਮਲੀ, 9-10 ਕਿੱਲੇ ਚਰ ਗਿਆ ਵੇ ਜੈ ਕੁੜਮਾ। ਖਾਂਦਾ ਪੀਂਦਾ ਮਰ ਗਿਆ ਵੇ ਜੈ ਕੁੜਮਾ, ਖਾਂਦਾ ਪੀਂਦਾ ਮਰ ਗਿਆ ਵੇ ਤੇਰੀ ਜੈ ਕੁੜਮਾ। ਲੱਗਿਆ ਜੀ ਵਿਆਹ ਤੂੰ ਵੱਧ ਰੱਬਾ, ਲੱਗਿਆ ਜੀ ਵਿਆਹ ਤੂੰ ਵੱਧ ਰੱਬਾ, 5-7 ਬੁੜੇ ਹੋਰ ਸੱਦ ਰੱਬਾ, 5-7 ਬੁੜੇ ਹੋਰ ਸੱਦ ਰੱਬਾ, ਸਿਆਲੋ ਸਿਆਲ ਲਵਾ ਦੇ ਸੀਜਨ, ਇੱਕ ਲਜਾ ਕੇ ਖੜ ਗਿਆ ਵੇ ਜੈ ਕੁੜਮਾ। ਖਾਂਦਾ ਪੀਂਦਾ ਮਰ ਗਿਆ ਵੇ ਜੈ ਕੁੜਮਾ, ਖਾਂਦਾ ਪੀਂਦਾ ਮਰ ਗਿਆ ਵੇ ਤੇਰੀ ਜੈ ਕੁੜਮਾ। ਲੋਕੋ ਖਰਚ ਪਖੰਡ ਕਰੋ ਨਾ, ਲੋਕੋ ਖਰਚ ਪਖੰਡ ਕਰੋ ਨਾ, ਮਰਨ ਵਾਲਿਆਂ ਦੇ ਨਾਲ ਮਰੋ ਨਾ, ਮਰਨ ਵਾਲਿਆਂ ਦੇ ਨਾਲ ਮਰੋ ਨਾ, ਇੱਕ ਵਾਰੀ ਵਿਆਹ ਹੋ ਗਿਆ ਸਭ ਦਾ, ਹੁਣ ਦੂਜਾ ਕਿਉਂ ਧਰ ਗਿਆ ਵੇ ਜੈ ਕੁੜਮਾ। ਖਾਂਦਾ ਪੀਂਦਾ ਮਰ ਗਿਆ ਵੇ ਜੈ ਕੁੜਮਾ, ਖਾਂਦਾ ਪੀਂਦਾ ਮਰ ਗਿਆ ਵੇ ਤੇਰੀ ਜੈ ਕੁੜਮਾ। ਦੋਸਤੋ ਦਿਲ ਤਾਂ ਨਹੀਂ ਕਰ ਰਿਹਾ ਕਿ ਗੱਲਾਂ ਬਾਤਾਂ ਦਾ ਸਿਲਸਿਲਾ ਖਤਮ ਕੀਤਾ ਜਾਵੇ, ਪਰ ਸਮਾਂ ਜਿਹੜਾ ਉਹ ਇਜਾਜ਼ਤ ਨਹੀਂ ਦੇ ਰਿਹਾ। ਵਾਹਿਗੁਰੂ ਨੇ ਚਾਹਿਆ ਤਾਂ ਆਪਾਂ ਇਹਨਾਂ ਦੇ ਰੂਬਰੂ ਫਿਰ ਤੋਂ ਦੁਬਾਰਾ ਹੋਵਾਂਗੇ, ਤੇ ਹੁਣ ਅੱਜ ਇਹਨਾਂ ਤੋਂ ਇਜਾਜ਼ਤ ਲੈਂਦੇ ਹਾਂ। ਬਹੁਤ ਬਹੁਤ ਧੰਨਵਾਦ ਵੀਰ ਜੀ, ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਤੇ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ। ਸਾਨੂੰ ਵੀ ਆਪਣੇ ਅਸੀਂ ਜਥੇ ਵੱਲੋਂ ਸੁਖਰਾਜ ਸਿੰਘ ਸੰਦੋਹਾ, ਜਗਸੀਰ ਸਿੰਘ ਢੱਡੇ, ਬਲਕਰਨ ਸਿੰਘ ਢੱਡੇ, ਆਪਦੇ ਜਥੇਬੰਦੀਆਂ, ਜਿੰਨੀ ਸੰਗਤ ਸਾਨੂੰ ਦੇਖ ਰਹੀ ਹੈ ਸਾਰੀ ਸੰਗਤ ਦਾ, ਅਤੇ ਤੁਹਾਡੇ ਅਕਲੀਆ ਫੈਮਿਲੀ ਬਲੌਗ ਚੈਨਲ ਦਾ, ਅਤੇ ਬਾਈ ਜੀ ਸ਼ਿਵਰਾਜ ਸਿੰਘ ਜੀ, ਮੈਡਮ ਹਰਜੀਤ ਕੌਰ, ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਪਰਮਾਤਮਾ ਸਾਨੂੰ ਚੜ੍ਹਦੀ ਕਲਾ 'ਚ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।